ठाकुर तुम कहे अरदास, जियो पिंड सब तेरी रास। तुम मात पिता हम बारक तेरे, तुमरी कृपा मह सुख कनेरे। कोए न जाने तुमरा अंत, भगवंत सागल समग्रे तुमरे सुतर तारी। तुम ते होए सो अज्ञाकारी, तुमरी गत मित तुम ही जानी। नानक दास सदा कुर्बानी। बोलो जी श्री वाहेगुरु। एक ओंकार वाहेगुरु जी की फतेह। श्री भगवती जी सहाय वार। श्री भगवती जी के पातशाही दसवें प्रथम भगवती समरक है। गुरु नानक लई त्याय, फिर अंगद गुर ते अमरदास रामदास होई सहाय। अर्जन हर गोबिंद न सिमर श्री हर राय। श्री हर कृष्ण त्याई है, जिस जिठा सब दुख जाए। तेग बहादुर सिमर है, घर नवनिध आवे ताए। सब थाई होए सहाय, दसवां पातशाह साहेब श्री गुरु गोबिंद सिंह साहेब जी महाराज। सब थाई होए सहाय, दसां पातशाहियां दी जोत सरूप। धन धन साहिब श्री गुरु ग्रंथ साहिब जी दे पाठ। दर्शन दीदार दा ध्यंतर की खालसा जी। बोलो जी पंजां प्यारियां चौं साहिबजादियां चालियां मुक्तियां हटियां जपियां तपियां। जिन्ना नाम जपिया वंड छकिया, देख चलाई देख वाही देख के अंडिठ किता। तिन्ना प्यारिया सच्यारिया दी कमाई दा ध्यंतर की खालसा जी। बोलो जी जिन्ना सिंह सिंघणिया ने धर्म हित शीस दिते, बंद बंद कटवाए खोपरियां लवाइया चरखड़ियां ते चढ़े। तन आरिया नाल चरवाए उबलदियां दे गा विच बैठे, गुरद्वारियां दी सेवा लई कुर्बानियां कीतियां। धर्म नहीं हारिया सिक्खी सिद्धक किसा, सवासा संग निभाया। तिन्हां दे कमाई दा ध्यंतर के खालसा जी। बोलो जी पंजां तख्तां सरबत गुरद्वारियां गुरु धामां दा ध्यंतर के। बोलो जी प्रथम सरबत खालसा जी की अरदास है जी। सरबत खालसा जी को वाहेगुरु वाहेगुरु वाहेगुरु। नाम चित्यावा है चित्यावन का सदका सर्व सुख होवाए। जहां जहां खालसा जी साहेब तां रचिया रहा है। देग तेग फतेह बिरद की पैज पंथ की जेत। श्री साहेब जी सहाय खालसा जी के बोल वाले। बोलो जी सिखा न सिखी दान केस दान रहत दान विवेक दान विसा दान भरोसा दान दाना श्रदान नाम दान। श्री अमृतसर साहब जी के इशनान चौंकियां झंडे बुंगे चुको जग अटल धर्म का जयकार। बोलो जी सिखांदा मन नीवा मत उची मत रखाप। अकाल पुरख वाहिगुरु हे अकाल पुरख अपने पंथ दिसदा सहाय दा तर जियो। श्री ननकाणा साहिब अते होर गुरद्वारियां गुरु धामां दे जिन्हां तों पंथ नाम छोड़िया गया है।
ਤਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਆਪਣੇ ਪੰਥ ਖਾਲਸਾ ਜਿਨਮ ਬਖਸ਼ੋ ਹੈ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਧੰਨ ਧਾਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੰਤਰ ਜਾਮੀ ਸ੍ਰੀ ਗੁਰੂ ਜੀ ਆਪ ਜੀ ਦੇ ਜੋਰ ਅਰਦਾਸ ਬੇਨਤੀ ਹੈ ਸਤਿਗੁਰੂ ਜੀ ਆਪ ਜੀ ਦਾ ਕੋਟਾਨੇ ਸ਼ੁਕਰ ਹੈ ਆਪ ਜੀ ਨੇ ਧੰਨ ਧੰਨ ਬਾਲਾ ਪ੍ਰੀਤਮ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਖੁੱਲ੍ਹੇ ਦਰਸ਼ਨ ਦੀਦਾਰੇ ਦੇ ਕੇ ਸੰਗਤਾਂ ਨੂੰ ਨਿਹਾਲ ਕੀਤਾ। ਪਾਵਨ ਜੋਰੀ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨ ਸੱਜੇ ਸੱਜੇ ਹੋਏ ਦੀਵਾਨ ਵਿੱਚ ਸੁਖਮਨੇ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅੰਮ੍ਰਿਤ ਵੇਲੇ ਦੇ ਨਿਤਨੇਮ ਦੀਆਂ ਬਾਣੀਆਂ ਜਪ ਜੀ ਸਾਹਿਬ ਜਪ ਸਾਹਿਬ ਸਵਈਏ ਚੌਪਈ ਸਾਹਿਬ ਆਨੰਦ ਸਾਹਿਬ ਦੇ ਪਾਠ ਹੋਏ ਸਤਿਗੁਰ ਜੀ ਸ਼ਬਦ ਚੌਂਕੇ ਗੁਰਮੰਤਰ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਕਰਦੇ ਹੋਈਆਂ ਗਲਤੀਆਂ ਅੱਖਰ ਵਾਰ ਘਾਟ ਭੁਲਚੱਕ ਮਾਫ਼ ਕਰਨੇ ਅੱਗੇ ਤੋਂ ਸ਼ੁੱਧ ਸਪਸ਼ਟ ਬਾਣੀ ਪੜ੍ਹਨ ਸੁਣਨ ਦੀ ਸਮਰੱਥ ਬਲ ਬੁੱਧੀ ਬਖਸ਼ਿਸ਼ ਕਰਨੀ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਪਲ ਭੇਟ ਮਾਇਆ ਯਾਤਰਾ ਸੇਵਾ ਦਰ ਪ੍ਰਵਾਨ ਕਰਨੇ ਬਾਣੀ ਪੜ੍ਹੀ ਸੁਣੀ ਸੱਚਖੰਡ ਪ੍ਰਵਾਨ ਕਰਨੇ ਪੜ੍ਹੀ ਸੁਣੀ ਬਾਣੀ ਦਾ ਭਾਵ ਸਮੋ ਸਾਧ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਸਰਬੱਤ ਦੇ ਕਾਰਜ ਰਾਸ ਕਰਨੇ ਸ਼ੁਭ ਮਨੋਕਾਮਨਾਵਾਂ ਪੂਰਨ ਕਰਨੀਆਂ ਹਾਰ ਮੈਦਾਨ ਪਤੇ ਚੜ੍ਹਦੀਆਂ ਕਲਾ ਬਖਸ਼ਿਸ਼ ਕਰ ਅੰਗ ਸੰਗ ਸਹਾਈ ਹੋਣਾ ਦਰਵ ਕਰੋ ਗੁਰਸਿੱਖੀ ਜੀਵਨ ਨਾਮਦਾਨ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਸ਼ ਕਰਨਾ ਪਾਵਨ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਦਰਵ ਕਰੋ ਬਖਸ਼ੀਆਂ ਦਾਤਾਂ ਵਿੱਚ ਸਮੋਹ ਸਾਧ ਸੰਗਤ ਵੱਲੋਂ ਪਾਵਨ ਜੋਰੀ ਵਿਖੇ ਪਾਵਨ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੋਈ ਦਰ ਪ੍ਰਵਾਨ ਹੋਏ ਦਰ ਪ੍ਰਵਾਨ ਪ੍ਰਸ਼ਾਦ ਸਰਬੱਤ ਸਾਧ ਸੰਗਤ ਵਿੱਚ ਵਰਤੇ ਜੋ ਜੀ ਸਕੈ ਆਪ ਜੀ ਦਾ ਪਾਵਨ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੈ ਆਪ ਜੀ ਦਰ ਤੇ ਜੋ ਜੀ ਆਏ ਸੋ ਰਾਜੀ ਜਾਏ ਸੁਖ ਹੋਵੇ ਨਾਮ ਚਿਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਰਾ ਆ ਗਿਆ ਭਈ ਅਕਾਲ ਕੀ ਸਭ ਸਿਖਰ ਕਾ ਹੁਕਮ ਗੁਰੁ ਗ੍ਰੰਥ ਜੀ ਮੰਨਿਆ ਜਾ ਪ੍ਰਭ ਕਾ ਮਿਲਵਾ ਚਾਹੇ ਰਾਜ ਕਰੇਗਾ ਖਾਲਸਾ ਕੁਵਾਰ ਹੋਏ ਸਭ ਮਿਲਾਂਗੇ ਕੀ ਕਰ ਪਰ ਦਿਲੇ ਸਸਰ ਤੇਗ ਬਹਾਦਰ ਸੇ ਕਰਿਆ ਤੇਗ ਬਹਾਦਰ ਕੇ ਚਲਤਾ ਹਾਏ ਸਭ ਜਗ ਪਇਓ ਬੋਲੇ ਵਾਹਿਗੁਰੂ ਜੀ ਕੀ ਫਤਿਹ
ਮੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਪੰਥ ਜੁਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਸੁਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੈ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹ ਤਨਸਰੀ ਮਹਲਾ ਤੀਜਾ ਘਰ ਦੂਜਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹੋ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ ਪੂਰੈ ਸਤਿਗੁਰ ਦੀਆ ਦਿਖਾਏ ਇਹੋ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ ਪੂਰੈ ਸਤਿਗੁਰ ਦੀਆ ਦਿਖਾਏ ਆਪਣੇ ਸਤਿਗੁਰ ਕਉ ਸਦ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਸੇ ਧਨਵੰਤ ਹਰ ਨਾਮ ਲਿਵ ਲਾਏ ਗੁਰ ਪੂਰੈ ਹਰ ਧਨ ਪ੍ਰਗਾਸਿਆ ਹਰ ਕਿਰਪਾ ਤੇ ਵਸੈ ਮਨ ਆਏ ਰਹਾਉ ਅਵਗੁਣ ਕਾਟ ਗੁਣ ਹਿਰਦੈ ਸਮਾਏ ਪੂਰੇ ਗੁਰ ਕੈ ਸਹਿਜ ਸੁਭਾਏ ਪੂਰੇ ਗੁਰ ਕੀ ਸਾਚੀ ਬਾਣੀ ਸੁਖ ਮਨ ਅੰਤਰ ਸਹਿਜ ਸਮਾਣੀ ਏਕ ਅਚਰਜ ਜਨ ਦੇਖੋ ਭਾਈ ਦੁਬਧਾ ਮਾਰ ਹਰ ਮਨ ਵਸਾਈ ਨਾਮ ਅਮੁਲਕ ਨਾ ਪਾਇਆ ਜਾਏ ਗੁਰ ਪ੍ਰਸਾਦ ਵਸੈ ਮਨ ਆਏ ਸਭ ਮਹਿ ਵਸੈ ਪ੍ਰਭ ਏਕੋ ਸੋਏ ਗੁਰਮਤੀ ਘਟ ਪ੍ਰਗਟ ਹੋਏ
सहज जिन प्रभ जान पछाणिया नानक नाम मिला मन मानिया सब मह वसै प्रभ एको सोए गुरमति घट प्रगट होए सहजे जिना प्रभ जान पछाणिया नानक नाम मिला मन मानिया वाहेगुरु जी का खालसा वाहे गुरु जी की फतेह। तनासरी महला तीजा घर दूजा चौपदे एक ओंकार सतगुर प्रसाद एहो धन अखुट ना निखुटै ना जाए पूरा सतगुर दिया दिखाए अपने सतगुर कौ सद बल जाई गुर कृपा ते हर मन वसाई। अज दा पावन गुर फरमान तनासरी राग अंदर तीसरे पातशाह गुरु अमरदास सतगुरु जी दे मुबारक बचन घर दूजे विच गाउण दी हदायत सतगुरु जी ने बख्शी है। साहिब श्री गुरु ग्रंथ साहिब जी दे पावन पवित्र अंक 663 664 उपर सुभायमान हन। सतगुरु कृपा करन पातशाह जी दे पावन पवित्र उपदेश साढ़े हिरदे अंदर वस जान तां जो असी गुरबाणी अनुसार गुरमत अनुसार असी अपना जीवन बतीत कर सकीए। सतगुरु कृपा करन गुरु हरकृष्ण पातशाह जी दे पावन पवित्र चरण शो प्राप्त इतिहासक अस्थान गुरद्वारा बंगला साहब की यात्रा कर रहे गुरु ग्रंथ साहिब पातशाह महाराज जी दे हजूर अपना जन्म सफल बना रहे गुरमुख वडभागी जनों सतगुरु सरबत संगत की हाजरी सेवा दर थाएं पौन यात्रा सफल करन। वाहेगुरु जी का खालसा वाहेगुरु जी की फतेह।